ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਸੰਜਨਾ ਸ਼ਰਮਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਵਿਚ 17,000 ਕਰੋੜ ਰੁਪਏ ਦੀ ਕੀਮਤ ਦੇ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ ਨੇ। ਉਨ੍ਹਾਂ ਨੇ ਪੰਚਾਇਤ ਪੱਧਰ ਤੇ ਸਰਕਾਰੀ ਖਰੀਦ ਲਈ ਸੰਗਠਿਤ ਈ ਗ੍ਰਾਮ ਸਵਰਾਜ ਅਤੇ GEM ਪੋਰਟਲ ਦਾ ਵੀ ਉਦਘਾਟਨ ਕੀਤਾ। ਸਿਹਤ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ 2030 ਤੱਕ ਮਲੇਰੀਆ ਨੂੰ ਖਤਮ ਕਰਨ ਵੱਲ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ। ਸ੍ਰੀਨਗਰ, ਕਾਰਗਿਲ, ਸ਼ਾਰਾ ਬਰਫ਼ ਦੇ ਤੋਦੇ ਡਿੱਗਣ ਕਾਰਨ ਲਗਾਤਾਰ 8ਵੇਂ ਦਿਨ ਬੰਦ ਰਿਹਾ ਅਤੇ ਭਾਰਤ ਨੇ ਆਪਰੇਸ਼ਨ ਕਾਵੇਰੀ ਸ਼ੁਰੂ ਕਰ ਦਿੱਤਾ। 500 ਨਾਗਰਿਕ ਸੁਰੱਖਿਅਤ ਵਾਪਸੀ ਲਈ ਪੋਰਟ ਸੁਡਾਨ ਪਹੁੰਚ ਗਏ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦਰਮਿਆਨ ਖੱਪੇ ਨੂੰ ਭਰਨ ਲਈ ਬਿਨਾਂ ਰੁਕੇ ਕੰਮ ਕਰ ਰਹੀ ਏ। ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਜਸ਼ਨਾਂ ਦੇ ਮੌਕੇ ਤੇ ਅੱਜ ਮੱਧ ਪ੍ਰਦੇਸ਼ ਵਿਚ ਰੀਵਾ ਤੋਂ ਦੇਸ਼ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਚਾਇਤਾਂ ਨੂੰ ਡਿਜੀਟਲ ਕ੍ਰਾਂਤੀ ਦੇ ਇਸ ਯੁੱਗ ਵਿਚ ਸਮਾਰਟ ਬਣਾਇਆ ਜਾ ਰਿਹਾ ਹੈ। ਪੰਚਾਇਤਾਂ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਵਿਚ ਤਕਨਾਲੋਜੀ ਦੀ ਵਰਤੋਂ ਹੋ ਰਹੀ ਏ। ਵਿਕਸਿਤ ਦੇਸ਼ ਦੀ ਸਿਰਜਣਾ ਲਈ ਭਾਰਤ ਦੇ ਪਿੰਡਾਂ ਵਿਚ ਸਮਾਜਿਕ ਪ੍ਰਬੰਧ, ਆਰਥਿਕਤਾ ਅਤੇ ਪੰਚਾਇਤੀ ਰਾਜ ਪ੍ਰਬੰਧ ਵਿਕਸਿਤ ਕਰਨ ਦੇ ਮਹੱਤਵ ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੇ ਪੰਚਾਇਤਾਂ ਨਾਲ ਪੱਖਪਾਤ ਕੀਤਾ ਤੋਂ ਉਲਟ ਮਜ਼ਬੂਤ ਸਿਲਸਿਲਾ ਬਣਾਉਣ ਲਈ ਅਣਥਕ ਕੰਮ ਕਰ ਰਹੀ ਏ ਅਤੇ ਇਸ ਦਾ ਦਾਇਰਾ ਵਧਾ ਰਹੀ ਏ। 2014 ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਚ ਕੀਤੀ ਕਮੀ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਵਿੱਤ ਕਮਿਸ਼ਨ ਨੇ 70,000 ਕਰੋੜ ਰੁਪਏ ਤੋਂ ਘੱਟ ਦੀ ਰਕਮ ਦੀ ਗ੍ਰਾਂਟ ਦਿੱਤੀ ਸੀ, ਜੋ ਕਿ ਦੇਸ਼ ਦੇ ਆਕਾਰ ਨੂੰ ਦੇਖਦਿਆਂ ਬਹੁਤ ਘੱਟ ਰਕਮ ਸੀ, ਪਰ 2014 ਤੋਂ ਬਾਅਦ ਇਹ ਗ੍ਰਾਂਟ 2,00,000 ਕਰੋੜ ਰੁਪਏ ਤੋਂ ਵੱਧ ਦੀ ਹੋ ਗਈ ਏ। ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨੇ 17,000 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵਰਚੁਅਲ ਤੌਰ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ 4,11,000 ਲਾਭਪਾਤਰਾਂ ਦੇ ਗ੍ਰਹਿ ਪ੍ਰਵੇਸ਼ ਵਿਚ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਸੰਗਠਿਤ ਈ ਗ੍ਰਾਮ ਸਵਰਾਜ ਅਤੇ ਪੰਚਾਇਤ ਪੱਧਰ ਤੇ ਸਰਕਾਰੀ ਖਰੀਦ ਲਈ GEM ਪੋਰਟਲ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦਾ ਉਦੇਸ਼ ਪੰਚਾਇਤਾਂ ਨੂੰ GEM ਰਾਹੀਂ ਆਪਣੀਆਂ ਵਸਤਾਂ ਅਤੇ ਸੇਵਾਵਾਂ ਦੀ ਵਿਕਰੀ ਦੇ ਸਮਰੱਥ ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਲਾਭਪਾਤਰਾਂ ਨੂੰ ਲਗਭਗ 35 ਲੱਖ ਸਵਾਮਿਤਵ ਪ੍ਰਾਪਰਟੀ ਕਾਰਡ ਸੌਂਪੇ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਲਗਭਗ 2,300 ਕਰੋੜ ਰੁਪਏ ਦੀ ਕੀਮਤ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮੁੜ ਵਿਕਸਿਤ ਕੀਤੇ ਗਏ ਗਵਾਲੀਅਰ ਸਟੇਸ਼ਨ ਦਾ ਵੀ ਉਦਘਾਟਨ ਕੀਤਾ ਅਤੇ 3 ਰੇਲ ਗੱਡੀਆਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਤਕਰੀਬਨ 7,853 ਕਰੋੜ ਰੁਪਏ ਦੇ ਜਲ ਜੀਵਨ ਮਿਸ਼ਨ ਦੇ 5 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਸਕੀਮਾਂ ਨਾਲ 4,000 ਤੋਂ ਵੱਧ ਪਿੰਡਾਂ ਦੇ ਕੋਈ 9.5 ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਬਾਈ ਪਟੇਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ, ਕਈ ਕੇਂਦਰੀ ਮੰਤਰੀਆਂ ਅਤੇ ਰਾਜ ਸਰਕਾਰ ਦੇ ਮੰਤਰੀਆਂ ਨੇ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਵਧੀਆ ਖੇਡ ਕਾਰਗੁਜ਼ਾਰੀ ਲਈ ਭਾਰਤ ਦੇ ਉੱਤਰ ਪੂਰਬੀ ਖੇਤਰ ਦੇ ਖਿਡਾਰੀਆਂ ਦੀ ਤਾਰੀਫ਼ ਕੀਤੀ ਏ। ਮਣੀਪੁਰ ਵਿਚ ਚਿੰਤਨ ਸ਼ਿਵਰ ਚ ਖੇਡ ਮੰਤਰੀਆਂ ਨੂੰ ਆਪਣੇ ਵਰਚੁਅਲ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਦੇਸ਼ ਦੀ ਖੇਡਾਂ ਦੀ ਰਵਾਇਤ ਨੂੰ ਅੱਗੇ ਤੋਰਨ ਲਈ ਉੱਤਰ ਪੂਰਬ ਵੱਲੋਂ ਨਿਭਾਈ ਅਹਿਮ ਭੂਮਿਕਾ ਲਈ ਇਸ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਹੁਨਰਮੰਦ ਅਥਲੀਟਾਂ ਦੀ ਹਮਾਇਤ ਅਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਸਫਲਤਾ ਯਕੀਨੀ ਬਣਾਉਣ ਲਈ ਦੇਸ਼ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਲੋੜ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਖਿਡਾਰੀਆਂ ਨੂੰ ਮਿਆਰੀ ਖੇਡ ਸਹੂਲਤਾਂ ਮੁਹੱਈਆ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਪਿਛਲੇ ਸਾਲਾਂ ਚ ਭਾਰਤ ਨੇ ਕਈ ਅੰਤਰਰਾਸ਼ਟਰੀ ਖੇਡਾਂ ਵਿਚ ਆਪਣੇ ਖਿਡਾਰੀਆਂ ਦਾ ਵਧੀਆ ਖੇਡ ਪ੍ਰਦਰਸ਼ਨ ਦੇਖਿਆ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਖੁਸ਼ੀ ਮਨਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਆਪਣੇ ਸੰਬੋਧਨ ਵਿਚ ਨੌਜਵਾਨ ਮਾਮਲਿਆਂ, ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਦੇਸ਼ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ, ਰਾਜਾਂ ਅਤੇ ਵੱਖ ਵੱਖ ਹਿੱਸੇਦਾਰਾਂ ਦਰਮਿਆਨ ਸਹਿਯੋਗ ਜ਼ਰੂਰੀ ਏ। ਕੇਂਦਰੀ ਮੰਤਰੀ ਨੇ ਖੇਡਾਂ ਦੇ ਖੇਤਰ ਵਿਚ ਮਣੀਪੁਰ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸ੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੇਲੋ ਇੰਡੀਆ ਅਭਿਆਨ ਤਹਿਤ ਸਰਕਾਰ ਦੇਸ਼ ਦੇ ਕੋਨੇ ਕੋਨੇ ਵਿਚ ਖੇਡਾਂ ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਏ। ਮਣੀਪੁਰ ਦੇ ਮੁੱਖ ਮੰਤਰੀ ਵੀਰੇਨ ਸਿੰਘ ਨੇ ਵੀ ਉਦਘਾਟਨੀ ਸਮਾਰੋਹ ਵਿਚ ਹਿੱਸਾ ਲਿਆ। ਰੱਖਿਆ ਖੋਜ ਅਤੇ ਵਿਕਾਸ ਸੰਸਥਾ DRDO ਅਤੇ ਭਾਰਤੀ ਸਮੁੰਦਰੀ ਫੌਜ ਨੇ ਇਕ ਨੇਵਲ ਪਲੇਟਫਾਰਮ ਤੋਂ ਬੈਲਿਸਟਿਕ ਮਿਸਾਈਲ ਡਿਫੈਂਸ BMD ਇੰਟਰਸੈਪਟਰ ਦੀ ਸਫਲ ਪਰਖ ਕੀਤੀ ਏ। ਇਕ ਟਵੀਟ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਪ੍ਰੋਜੈਕਟ ਵਿਚ ਸ਼ਾਮਲ ਵਿਗਿਆਨੀਆਂ ਨੂੰ ਦੇਸ਼ ਦੀਆਂ ਰੱਖਿਆ ਸਮਰੱਥਾਵਾਂ ਦੀ ਮਜ਼ਬੂਤੀ ਵਿਚ ਉਨ੍ਹਾਂ ਦੀ ਦ੍ਰਿੜਤਾ ਅਤੇ ਕੋਸ਼ਿਸ਼ਾਂ ਲਈ ਵਧਾਈ ਦਿੱਤੀ ਏ। ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਪ੍ਰਤੀਕਰਮ ਵਿਚ ਇਕ ਹੋਰ ਟਵੀਟ ਵਿਚ ਪ੍ਰਧਾਨ ਮੰਤਰੀ ਨੇ ਹਰੇਕ ਨੂੰ
indiahadmit.com वैबसाइट ते जान अते वोकल फॉर लोकल मुहिम दी हिमायत करन लई अपील कीती। श्री मोदी ने विश्व धरती दिवस के मौके ते आसाम विच टाकम मिसिंग पोरिन के बांग वालों 1,00,000 दरख्त लाउण दी पहल कदमी बारे प्रोग्राम दी भी शलाघा कीती। ए खबरां तुसी आकाशवाणी तो सुन रहे हो। केंद्रीय सेहत मंत्री डॉ मनसुख मांडविया ने कहा कि भारत 2030 तक मलेरिया नूं जड़ों खत्म करने वल तेजी नाल प्रगति कर रहा है। अज नवी दिल्ली च एशिया प्रशांत मलेरिया लीडर्स कनक्लेव 2023 नूं वर्चुअल तौर ते संबोधन करदिआं उन्हां इस गल ते चानणा पाया कि किवें भारत मलेरिया नूं खत्म करने दीआं रणनीतियां लई आलमी मिसाल वजो उभरिआ है। मंत्री ने कहा कि भारत की जीवी प्रधानगी दे इक धरती इक परिवार इक भविख दे मंत्र नूं ध्यान विच रखदिआं भारत दूजे देशां नाल अते मलेरिया नूं खत्म करन दे उन्हां दे मिशन लई अपने साधन जानकारी ते ज्ञान सांझा करन लई वचनबद्ध है। डॉ मांडविया ने कहा कि मलेरिया खत्म करन दे प्रोग्राम विच छेती रोग दा पता लाउण मुकम्मल इलाज निगरानी ते विहार संबंधी तब्दीली ते संचार समेत कई हिस्से ने। उन्हां ए वी कहा कि आशा वर्करां नूं मलेरिया दे संकेतां ते लक्षणां दी पछाण करन अते केसां लई तेजी नाल प्रतिक्रम करन बारे सिखलाई दित्ती गई है। उन्हां कहा कि आयुष्मान भारत प्रधानमंत्री जन आरोग्य योजना आयुष्मान भारत सेहत ते तंदरुस्ती केंद्र अते आयुष्मान भारत डिजिटल मिशन समेत सरकार दीआं वख-वख सेहत पहलकदमियां बीमारी विरुद्ध भारत की लड़ाई नूं मजबूत करन वल काफी योगदान पा रहीआं ने। इस मौके ते बोलदिआं त्रिपुरा दे मुख्यमंत्री डॉ मानिक साहा ने भी अपने राज विच मलेरिया विरुद्ध लड़ाई च सरकार दीआं कोशिशां ते चानणा पाया। नीति आयोग दे मैंबर वीके पॉल ने कहा कि कोई इकला मलेरिया नूं खत्म नहीं कर सकदा जद तक कि सारे रल के काम नहीं करदे। केंद्रीय सेहत सकत्तर राजेश भूषण ने भी इस मौके ते गल्लबात कीती। श्रीनगर करगिल सड़क ते जुजीला दर्रे ते नाल ताज़ा बर्फबारी अते बर्फ के तोदे डिगण मगरों शाहरा सोमवार नूं लगातार 8वें दिन बंद रख्या गया। यह शाहरा शैतान नाला जुजीला नेड़े 8 वाहनां जिन्हां विच बहुते खाण पीण दीआं वस्तां नाल लदे होए ट्रक सन उपर बर्फ का एक तोदा डिगन करके उन्हां दे बर्फ हेठां दबण मगरों 18 अप्रैल नूं बंद किया गया सी। सरहदी सड़क संस्था ने ऐलान किया कि सड़क नूं चौड़ा करन करके शाहरा बंद रख्या जाएगा। हालांकि बर्फबारी कारण अज भी शाहरा बंद रहा। इस दौरान कई होर मुसाफर वाहन अते ट्रक सोनमर्ग विखे खड़े ने अते द्रास अते करगिल वाले पासे जाण लई प्रशासन दी मंजूरी दा इंतजार कर रहे ने। भारत ने सुडान विच फसे अपने नागरिकां नूं वापस लियाउण लई ऑपरेशन कावेरी शुरू कीता है। विदेश मंत्री डॉ एस जयशंकर ने एक ट्वीट विच कहा कि कोई 500 भारतीय सुडान बंदरगाह पहुंचे ने ते कई होर पहुंच रहे ने। उन्हां कहा कि भारतीय समुंदरी जहाज अते हवाई जहाज फसे होए भारतीयां नूं वापस लियाउण लई तैयार रखे गए ने। उन्हां यह भी कहा कि भारत सरकार सुडान विच अपने सारे भाईवालां दी मदद लई वचनबद्ध है। विदेश मंत्रालय ने कहा कि सुडान तो भारतीय नागरिकां नूं सुरक्षित कढ़ण लई तैयारियां दे हिस्से वजों भारतीय फौज दे दो हवाई जहाज C-130J जद्दा विच तैयार खड़े ने। मंत्रालय ने कहा कि INS सुमेधा भी सुडान बंदरगाह पहुंच गया। इसने यह भी कहा कि बचा दलां दी योजना तय है पर जमीन ते कोई भी कार्रवाई करना सुरक्षा स्थिति ते निर्भर करेगा जो कि खारतुम विचलियां वख-वख थावां ते जबरदस्त लड़ाई दीआं खबरां नाल लगातार बदल सकती है। सुडान दा हवा मंडल इस समय सारे विदेशी हवाई जहाजां लई बंद रख्या गया है। सरकार सुडान विच फसे भारतीयां दी सुरक्षा यकीनी बनाउण लई सारियां कोशिशां कर रही है ते उत्थे मुश्किल अते बदल रही सुरक्षा हालत ते नेड़े नजर रख रही है। विदेश मंत्रालय भारतीयां दी सफल देश वापसी लई वख-वख भाईवालां नाल नेड़े सहयोग कर रहा है। सुडान दे प्रशासन तों इलावा मंत्रालय अते सुडान च भारतीय सफारतखाना संयुक्त राष्ट्र सऊदी अरब UAE मिसर अते अमरीका दे नाल नाल होरनां देशां दे लगातार संपर्क विच है। IPL क्रिकेट विच अज हैदराबाद विच राजीव गांधी अंतरराष्ट्रीय स्टेडियम विखे हैदराबाद दिल्ली कैपिटल्स नाल मुकाबला चल रहा है। दिल्ली कैपिटल्स ने टॉस जीत के पहला गेंदबाजी करने का फैसला किया है। आखिर विच खास खबरां एक बार फिर प्रधानमंत्री ने मध्य प्रदेश विच 17,000 करोड़ रुपए की कीमत के प्रोजेक्ट देश नूं समर्पित किए ने। उन्होंने पंचायत पद्धर से सरकारी खरीद लई संगठित ई ग्राम स्वराज और GEM पोर्टल का भी उद्घाटन किया है। सेहत मंत्री डॉ मांडवी ने जोर दे के कहा कि भारत 2030 तक मलेरिया नूं खत्म करने वल तेजी नाल प्रगति कर रहा है ते श्रीनगर करगिल शाहरा बर्फ के तोदे डिगण कारण लगातार 8वें दिन बंद रहा है। आकाशवाणी तो खबरां दा बुलेटिन खत्म हुंदा है।